ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਤੇਜਪਾਲ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਚਸਕਾ ਟੀਵੀ। ਦੋਸਤੋ, ਅੱਜ ਅਸੀਂ ਆਏ ਸੀ ਪ੍ਰੀਮੀਅਰ ਆਫ ਇੱਕੋ ਮਿੱਕੇ ਅਤੇ ਉੱਥੇ ਸਾਡੇ ਨਾਲ ਮੌਜੂਦ ਨੇ ਲੈਜੈਂਡਰੀ ਐਕਟਰ, ਐਕਟਰ ਅਤੇ ਬਾਅਦ 'ਚ ਪਹਿਲਾਂ ਸਿੰਗਰ, ਪਹਿਲਾਂ ਸ਼ਾਇਰ ਸਤਿੰਦਰ ਸਰਤਾਜ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ? ਚੜ੍ਹਦੀ ਕਲਾ ਜੀ। ਸਰ, ਬਹੁਤ ਬਹੁਤ ਮੁਬਾਰਕਾਂ, ਤੁਹਾਡੀ ਪਹਿਲੀ ਬੋਲੀਵੁੱਡ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਬਹੁਤ ਵਧੀਆ ਤਰੀਕੇ ਨਾਲ। ਹੁਣ ਬਲੈਕ ਪ੍ਰਿੰਸ ਤੋਂ ਨਿਹਾਲ ਬਣ ਕੇ ਕਿਹੋ ਜਿਹਾ ਲੱਗ ਰਿਹਾ? ਬਲੈਕ ਪ੍ਰਿੰਸ ਤੋਂ ਨਿਹਾਲ ਜਾਂ ਦਲੀਪ ਤੋਂ ਨਿਹਾਲ? ਦਲੀਪ ਸਿੰਘ। ਹਾਂਜੀ, ਦਲੀਪ ਤੋਂ ਨਿਹਾਲ ਬਣ ਕੇ ਬਹੁਤ ਚੰਗਾ ਲੱਗ ਰਿਹਾ। ਹਾਂਜੀ, ਉਹ ਇੱਕ ਬਹੁਤ ਲੈਵਿਸ਼ ਕੈਰੈਕਟਰ ਸੀਗਾ ਜਿਹੜਾ ਲਾਰਜ ਦੈਨ ਲਾਈਫ ਹੁੰਦਾ, ਜਿਹਨਾਂ ਨੇ ਜ਼ਿੰਦਗੀ ਦੇ ਬਹੁਤ ਵੱਡੇ ਸੰਤਾਪ ਹੰਢਾਏ। ਇਹ ਜਿਹੜੇ ਜ਼ਿੰਦਗੀ ਦੇ ਬਹੁਤ ਆਮ ਸੰਤਾਪ ਨੇ, ਜਿਹੜੇ ਮਹਾਰਾਜਾ ਵਾਲੇ ਨਹੀਂ ਹੈ, ਬਹੁਤ ਹੀ ਕਾਮਨ ਹੈ ਹਰ ਆਵਾਮ ਦੇ ਜ਼ਿੰਦਗੀ ਦੇ। ਇਹ ਜ਼ਿੰਦਗੀ ਨਾਲ ਇਹਦੀ ਕੋਰਲੇਸ਼ਨ ਇਹਨਾਂ ਦਾ ਬਹੁਤ ਸਟਰੋਂਗ ਹੈ, ਇਸ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਨਜ਼ਦੀਕ ਦਾ ਕਰੈਕਟਰ ਲੱਗਦਾ ਹੈ। ਪਰ ਤੁਹਾਨੂੰ ਅਸੀਂ ਥੀਏਟਰ 'ਤੇ ਦੇਖਿਆ, ਹਰ ਤਰੀਕੇ ਦਾ ਤੁਸੀਂ ਜ਼ੋਨਰ ਦਿਖਾਇਆ, ਰੋਮਾਂਸ ਦਿਖਾਇਆ, ਕੋਮੇਡੀ ਦਿਖਾਇਆ ਤੁਸੀਂ, ਮਤਲਬ ਸੀਰੀਅਸ ਵੀ ਬਹੁਤ, ਤੁਸੀਂ ਇਮੋਸ਼ਨਲ ਵੀ ਬਹੁਤ ਜ਼ਿਆਦਾ ਕਰ ਲਿਆ ਸੀਗਾ। ਤੁਸੀਂ ਆਪਣੇ ਆਪ ਨੂੰ ਦੇਖ ਕੇ ਸੋਚਿਆ ਸੀ ਕਿ ਇਹ ਸਰਤਾਜ ਤੂੰ ਐਵੇਂ ਵੀ ਕਰ ਸਕਦਾ, ਇੰਨਾ ਸੀਰੀਅਸ ਤੋਂ ਲੈ ਕੇ ਇੰਨਾ ਤੁਸੀਂ ਨੋਰਮਲ ਲਾਈਫ ਲੈ ਕੇ? ਨਹੀਂ, ਇਹ ਪਾਸ਼ਾ ਦੀ ਮਿਹਰਬਾਨੀ ਹੈ, ਕਿਉਂਕਿ ਡਾਇਰੈਕਟਰ ਹਰ ਵਾਰੀ ਸ਼ਿਪ ਦਾ ਕੈਪਟਨ ਹੁੰਦਾ। ਹਾਂਜੀ, ਐਕਟਰਸ ਨੂੰ ਉਹਨਾਂ ਨੇ ਚਲਾਉਣਾ ਹੁੰਦਾ, ਕੀ ਚਾਹੀਦਾ ਹੁੰਦਾ। ਜ਼ਾਹਿਰ ਜੀ ਗੱਲ ਹੈ, ਸਭ ਮਿਊਚੁਅਲ ਅੰਡਰਸਟੈਂਡਿੰਗ ਹੁੰਦੀ ਆ, ਫਿਰ ਬਾਅਦ 'ਚ ਅਸੀਂ ਬ੍ਰਦਰਾਂ ਵਾਲੀ ਵੀ ਕਰ ਦਿੰਦੇ ਸੀਗੇ। ਬਟ ਇੱਕ ਫੋਕਸ, ਇੱਕ ਸਟਰੇਟ ਥੋਟ ਜ਼ਰੂਰ ਹੁੰਦਾ ਕਿਸੇ ਇੱਕ ਚੀਜ਼ ਦਾ। ਸੋ ਮੈਨੂੰ ਲੱਗਦਾ ਉਹ ਵਰਕ ਕੀਤਾ। ਜਦੋਂ ਤੁਸੀਂ ਐਕਟ ਕਰਦੇ ਆ, ਉਦੋਂ ਤੁਸੀਂ ਸਤਿੰਦਰ ਸਰਤਾਜ ਨਹੀਂ ਹੋਣੇ ਚਾਹੀਦੇ। ਜੇ ਹੈਗੇ ਆ ਤਾਂ ਬਹੁਤ ਗਲਤ ਗੱਲ ਹੈ, ਉਦੋਂ ਤੁਸੀਂ ਨਿਹਾਲ ਹੀ ਹੋਣੇ ਚਾਹੀਦੇ ਆ। ਤੁਹਾਨੂੰ ਅਦਿੱਤੀ ਨਹੀਂ, ਡਿੰਪਲ ਹੀ ਦਿਖਣੀ ਚਾਹੀਦੀ ਆ, ਤੁਹਾਡੇ ਸੋਹੀ ਸਾਹਿਬ ਨਹੀਂ, ਤੁਹਾਨੂੰ ਆਪਣੇ ਫਾਦਰ ਬਲਦੇਵ ਹੀ ਦਿਖਣੇ ਚਾਹੀਦੇ ਜੀ। ਸੋ ਉਹ ਚੀਜ਼ਾਂ ਜਦੋਂ ਹੁੰਦੀਆਂ ਨੇ, ਫਿਰ ਪ੍ਰੋਫਾਊਂਡ ਕੈਰੈਕਟਰ ਨੇ। ਹਾਂਜੀ, ਪੰਕਜ ਬੱਤਰਾ ਸਾਹਿਬ ਨੂੰ ਤੁਸੀਂ ਮਾਸੂਮੀਅਤ ਤੋਂ ਹੀ ਮਿਲੇ ਜਾਂ ਪਹਿਲਾਂ ਵੀ ਜਾਣਦੇ ਸੀਗੇ? ਪੰਕਜ ਵਰਮਾ, ਔਰ ਮਾਸੂਮੀਅਤ ਤਾਂ ਅਸੀਂ ਕਰ ਲਿਆ ਐਕਚੁਅਲੀ। ਪੰਕਜ ਉਦੋਂ ਸਾਡੇ ਕੋਲ ਸਕ੍ਰਿਪਟ ਲੈ ਕੇ ਆਏ ਸੀ। ਹਾਂਜੀ, ਮੈਂ ਅਸੀਂ ਇਹਨੂੰ ਉਹਦਾ ਪਾਸ਼ਾ ਨਾਮ ਦਿੱਤਾ ਪਿਆਰ ਨਾਲ, ਅਤੇ ਮੈਂ ਕਿਹਾ ਪਾਸ਼ਾ ਆਪਾਂ ਇੱਦਾਂ ਕਰਦੇ ਹਾਂ, ਥੋੜ੍ਹੇ ਈਜ਼ੀ ਹੋ ਜਾਈਏ, ਕੰਫਰਟ ਜ਼ੋਨ 'ਚ ਹੋ ਜਾਈਏ, ਆਪਾਂ ਇੱਕ ਵੀਡੀਓ ਕਰਦੇ ਹਾਂ ਪਹਿਲਾਂ ਜੀ। ਸੋ ਅਸੀਂ ਬੈਠ ਕੇ ਕੰਸੈਪਟ ਬਣਾਇਆ ਉਹਦਾ, ਉਹਦੇ ਮੂਹਰੇ ਵੀ ਇੱਕ ਅਸੀਂ ਸੀਨ ਬਣਾਇਆ, ਨਿਊਯਾਰਕ ਫਿਲਮ ਅਕੈਡਮੀ ਦਾ ਉਹਦਾ ਡਾਇਲੋਗ ਲਿਖਿਆ, ਉਹ ਬਹੁਤ ਸੋਹਣਾ ਨਿਕਲ ਕੇ ਆਇਆ। ਅਸੀਂ ਲੇਹ ਲਦਾਖ ਗਏ, ਇਕੱਠਿਆਂ ਨੇ ਸ਼ੂਟ ਕੀਤਾ, ਇਹਨਾਂ ਨੂੰ ਮੇਰਾ ਪਤਾ ਲੱਗਾ ਕਿ ਮੈਂ ਕੈਮਰੇ 'ਚ, ਮੇਰੀ ਕਿੰਨੀ ਕਪੈਸਿਟੀ ਆ, ਫਰੰਟ ਦਾ ਕੈਮਰਾ, ਮੈਨੂੰ ਉਹਨਾਂ ਦਾ ਪਤਾ ਲੱਗਾ ਕਿ ਇਹਨਾਂ ਦੀ ਜ਼ੀਲ ਕੀ ਹੈ, ਕੀ ਕਰਵਾ ਸਕਦੇ ਆ। ਸੋ ਬੌਂਡ ਬਣ ਜਾਂਦਾ, ਉਸ ਤੋਂ ਬਾਅਦ ਫਿਰ ਅਸੀਂ ਬੈਠਦੇ ਰਹੇ ਲਗਾਤਾਰ ਸਕ੍ਰਿਪਟਸ ਦੇ ਉੱਤੇ, ਇਹਨਾਂ ਦਾ 5-6 ਸਕ੍ਰਿਪਟਸ ਪਾਸਾ ਬਣਾ ਕੇ ਲਿਆਇਆ। ਹੁਣ ਫਾਈਨਲੀ ਜਦੋਂ ਇਹ ਆਈ ਤਾਂ ਵੀ ਡਿਸਾਈਡਡ, ਮੈਂ ਲੱਗਦਾ ਇੱਕ ਘੰਟੇ 'ਚ ਅਸੀਂ ਡਿਸਾਈਡ ਕਰਦਾ ਕਿ ਵੀ ਆਰ ਗੋਇੰਗ ਟੂ ਸ਼ੂਟ ਦਿਸ। 18 ਦਿਨਾਂ 'ਚ ਅਸੀਂ ਉਹਦੀ ਪੋਸਟ ਪ੍ਰੋਡਕਸ਼ਨ ਕੀਤੀ ਅਤੇ ਸ਼ੂਟ ਕਰ ਜੀ। ਸਰ, ਤੁਸੀਂ ਜਿਵੇਂ ਡਾਇਰੈਕਟ ਕਰ ਰਹੇ ਸੀ, ਤੁਹਾਨੂੰ ਤੁਸੀਂ ਜਿਵੇਂ ਮਤਲਬ ਦੇਖਿਆ ਹੋਣਾ ਪਹਿਲਾਂ ਇਹਨਾਂ ਦੀ ਵੀਡੀਓਜ਼ ਦੇਖੀ ਹੋਣੀਆਂ, ਤੁਹਾਨੂੰ ਡਾਇਰੈਕਸ਼ਨ ਦੇ ਤੌਰ 'ਤੇ ਲੱਗਿਆ ਕਿ ਇਹ ਆਪਣਾ 100% ਦੇ ਰਹੇ ਨੇ, ਮੋਰ ਦੈਨ 100% ਦੇ ਰਹੇ ਨੇ? ਮੈਂ ਸੱਚ ਕਹਾਂ, ਸਰਤਾਜ ਭਾਈ ਦੇ ਜਿਹੜੇ ਰੰਗ ਨੇ ਉਹ ਤਾਂ ਹਜੇ ਇੱਕ ਫਿਲਮ 'ਚ ਦਿਖੇ ਨਹੀਂ ਹੈਗੇ, 4-5 ਫਿਲਮਾਂ ਬਣਾਉਣੀਆਂ ਪੈਣੀਆਂ ਫਿਰ ਦਿਖੇ। ਕਿਉਂਕਿ ਜਿਹੜਾ ਤੁਸੀਂ ਗੱਲ ਕੀਤੀ ਸੀ ਨਾ ਭਾਈ ਦੀ ਅਦਾਕਾਰੀ ਬਹੁਤ ਬਾ ਕਮਾਲ ਆ, ਹੈ ਨਾ, ਇਹਦੇ 'ਚ ਕਾਰਨ ਕੀ ਹੈ? ਠੀਕ ਹੈ, ਇੱਕ ਡਾਇਰੈਕਟਰ ਦਾ ਵੀ ਹੱਥ ਹੁੰਦਾ ਵਾ, ਪਰ ਭਾਈ ਨੇ ਮੈਨੂੰ ਨਾ ਕਦੇ ਟਵੀਟ ਨਹੀਂ ਕੀਤਾ ਵੀ ਮੈਂ ਦਾਸ ਸਤਿੰਦਰ ਸਰਤਾਜ ਹਾਂ, ਮੈਨੂੰ ਇੱਕ ਦੋਸਤ ਵਾਂਗੂ ਹੀ ਰੱਖਿਆ। ਜਿਵੇਂ ਤੈਨੂੰ ਲੱਗਦਾ ਖੁੱਲ੍ਹ ਕੇ ਬੋਲ ਨਹੀਂ ਚੰਗਾ ਲੱਗ ਰਿਹਾ ਤਾਂ ਦੱਸ ਦਿਓ। ਜਿਹੜੇ ਉਹ ਭਾਈ ਕਹਿ ਰਹੇ ਵੀ ਆਪਣੀ ਬ੍ਰਦਰਾਂ ਵਾਲੇ ਸੀ, ਭਾਈ ਕਹਿੰਦੇ ਹੁੰਦੇ ਯਾਰ ਇੱਕ ਹੋਰ ਕਰ ਦਈਏ, ਮੈਂ ਤੁਹਾਨੂੰ ਟੂ ਵੀ ਓਨੈਸਟਲੀ ਦੱਸਾਂ, ਫਿਲਮ ਦੇ ਵਿੱਚ ਮੋਸਟਲੀ ਟੇਕ ਉਹੀ ਲੱਗੇ ਹੋਏ ਨੇ ਜਿਹੜੇ ਅਸੀਂ ਦੁਬਾਰਾ ਕੀਤੇ ਹੋਏ ਸੀਗੇ। ਭਾਈ ਕਹਿੰਦੇ ਇੱਕ ਵਾਰੀ ਆਪਣੀ ਮਰਜ਼ੀ ਨਾਲ ਕਰ ਲਾ, ਮੈਂ ਕਿਹਾ ਲੈ ਲੈਂਦੇ ਯਾਰ, ਮੈਨੂੰ ਤਾਂ ਮਿਲ ਗਿਆ, ਮੋਸਟਲੀ ਟੇਕ ਉਹੀ ਲੱਗੇ ਹੋਏ ਨੇ। ਇਹ ਜਿਹੜਾ ਦੋਸਤਾਂ ਨਾਲ ਮਾਹੌਲ ਸੀ ਨਾ, ਉਹ ਇੱਕ ਰੀਜ਼ਨ ਅੱਛੀ ਫਿਲਮ ਬਣੀ। ਸਰ, ਤੁਸੀਂ ਸਰਦਾਰ ਸਿੰਘ ਸਾਹਿਬ ਨਾਲ ਕੰਮ ਕੀਤਾ ਅਤੇ ਪੂਰੀ ਫਾਦਰ ਵਾਲੀ ਫੀਲਿੰਗ ਆਈ ਹੋਣੀ ਹੈ? 100% ਪ੍ਰੋਪਰ। ਹਾਂਜੀ, ਹੁੱਕ ਵਾਲੇ ਜਿਹੜੇ ਸਰਦਾਰ ਹੁੰਦੇ ਨੇ, ਹਾਂਜੀ, ਬਾਪ ਉਹ ਸੀਗੇ, ਔਰ ਉਮਰ ਦਾ ਲਿਹਾਜ਼ ਹੁੰਦਾ, ਵੱਡਾ ਉਮਰ ਅਤੇ ਉੰਨੀ ਕੁ ਲਿਹਾਜ਼ ਦੇ ਮੁਤਾਬਕ ਹੀ ਉਹ ਫੀਲਿੰਗ ਆਪੇ ਆ ਜਾਂਦੀ ਹੈ। ਉਹ ਐਕਟਰ ਨੇ, ਇਹ ਬੜੀ ਵੱਡੀ ਕੰਪਲੀਮੈਂਟ ਹੈ ਜੀ, ਜਦੋਂ ਕੋਈ ਐਕਟਰ ਆਪਣੇ ਇੱਕ ਨੌਨ ਐਕਟਰ ਨੂੰ ਐਕਟਰ ਕਹਿੰਦਾ ਤੇ ਆਪਣੇ ਬੜੀ ਕੰਮ ਸੀ ਆਂਦੇ ਨਹੀਂ। ਨਹੀਂ, ਤੁਸੀਂ ਜਿਵੇਂ ਬਲੈਕ ਪ੍ਰਿੰਸ ਕੀਤੀ ਸੀ, ਉਹ ਤੋਂ ਬਾਅਦ ਲੱਗ ਹੀ ਨਹੀਂ ਰਿਹਾ ਸੀ ਕਿ ਤੁਸੀਂ, ਮਤਲਬ ਤੁਸੀਂ ਸਿੱਖਿਆ ਹੋਇਆ, ਜਿਵੇਂ ਤੁਸੀਂ ਦੱਸਿਆ ਕਿ ਮੈਂ ਬੰਬੇ ਜਾ ਕੇ ਪਹਿਲਾਂ ਸਿੱਖਿਆ ਪਹਿਲਾਂ। ਸਰ, ਆਲ ਦ ਬੈਸਟ ਤੁਹਾਡੀ ਅਗਲੀ ਮੂਵੀ ਲਈ ਵੀ, ਅਸੀਂ ਤਾਂ ਇਹ ਵੇਟ ਕਰਾਂਗੇ ਇੱਕੋ ਮਿੱਕੇ 2 ਆਏ ਛੇਤੀ ਆਏ, ਤੇ ਜਾਂਦੇ ਜਾਂਦੇ ਵਧੀਆ ਜਿਹਾ ਸ਼ਾਇਰੀ ਭਰਿਆ ਮੈਸੇਜ ਆਏ ਹਾਏ, ਕਿਉਂਕਿ ਤੁਹਾਡੇ ਕੋਲੋਂ ਤਾਂ ਸਾਰੇ ਇਹੀ ਉਮੀਦ ਕਰਦੇ ਤੇ ਮੈਂ ਵੀ ਇਹੀ ਕਰਦਾ। ਹਾਂਜੀ, ਇੱਕ ਦਿਨ ਅਤੀਤ ਮੇਰਾ ਕੜ ਲੱਗ ਬੜਾ ਹੀ ਰੋਇਆ, ਸਾਨੂੰ ਤਾਂ ਭੁੱਲ ਹੀ ਬੈਠਾ, ਸਰਤਾਜ ਜਦ ਦਾ ਹੋਇਆ, ਸਰਤਾਜ ਜਦ ਦਾ ਹੋਇਆ, ਜਿੱਥੇ ਪੱਥਰਾਂ ਦੇ ਬਗੀਚੇ ਉਸ ਸ਼ਹਿਰ ਦਾ ਬਾਸ਼ਿੰਦਾ ਐਦਾਂ
ਦੇ ਆਦਮੀ ਨੂੰ ਰੱਬ ਮਾਫੀਆਂ ਨਹੀਂ ਦਿੰਦਾ ਕਿਤੇ ਬੜੇ ਗੁਨਾਹ ਮੈਂ ਹੁਣ ਆਪ ਹਾਂ ਸ਼ਰਮ ਥੈਂਕ ਯੂ ਭਾਅ ਜੀ ਥੈਂਕਸ ਲੋਟ ਐਂਡ ਆਲ ਦ ਬੈਸਟ ਫੋਰ ਦ ਮੂਵੀ ਕੱਲ੍ਹ ਤੁਹਾਡੀ ਮੂਵੀ ਲੱਗ ਰਹੀ ਹੈ ਸੋ ਬਾਬਾ ਚੜ੍ਹਦੀ ਕਲਾਸ ਰੱਖੀ ਪਹਿਲੇ ਦਿਨ ਹਾਊਸਫੁੱਲ ਜਾਣ ਐਂਡ ਤੱਕ ਜਾਣ ਮਹੀਨਾ ਚੱਲੇ ਮੈਂ ਪਤਾ ਨਹੀਂ ਤਾਰੀਫ 'ਚ ਕਿੰਨਾ ਕੁਛ ਕਹਿ ਦੇਣਾ ਤੁਸੀਂ ਕਹਿਣਾ ਫੋਕਾ ਕੰਮ ਕਰ ਰਿਹਾ ਥੈਂਕ ਯੂ